ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਦੀ ਜੋ ਮੈਂ ਵੀਡੀਓ ਬਣਾ ਰਿਹਾ ਗਾ, ਇਹ ਵੀਡੀਓ ਨੂੰ ਜ਼ਰੂਰ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਇਹ ਗੱਲ ਹਰ ਕਿਸਾਨ ਤੱਕ ਪਹੁੰਚਣੀ ਚਾਹੀਦੀ ਆ, ਹਰ ਇੱਕ ਇਨਸਾਨ ਤੱਕ ਪਹੁੰਚਣੀ ਚਾਹੀਦੀ ਆ। ਕੁਝ ਬੰਦੇ ਸੋਸ਼ਲ ਮੀਡੀਆ ਦੇ ਫੇਮਸ ਹੋਣ ਦੇ ਚੱਕਰ ਦੇ ਵਿੱਚ ਕੁਦਰਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ। ਉਹ ਕਿਹੜਾ? ਉਹ ਝੋਨੇ ਦਾ ਜਿਹੜਾ ਸਾਡਾ ਹੁਣ ਇਸ ਟਾਈਮ ਝੋਨੇ ਦੇ ਵਿੱਚ ਓਵਰਫਲੋ ਹੋ ਚੁੱਕਿਆ ਕਈ ਏਰੀਆ ਦੇ ਵਿੱਚ। ਕੁਛ ਅਸੀਂ ਦੋ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀਆਂ, ਜਿਹਦੇ ਵਿੱਚ ਉਹ ਜਿਹੜੀ ਆਪਣੀ ਸਮਰਸੀਬਲ ਮੋਟਰ ਆ ਉਹਦੇ ਵਿੱਚੋਂ ਮੋਟਰ ਕੱਢ ਕੇ ਜਾਂ ਉਹਦਾ ਪੁੱਠਾ ਸੂਟਾ ਮਰਵਾ ਕੇ ਡਾਇਰੈਕਟ ਝੋਨੇ ਦਾ ਪਾਣੀ ਧਰਤੀ ਦੇ ਵਿੱਚ ਰੀਚਾਰਜ ਕਰ ਰਹੇ ਨੇ। ਇਹ ਕਿਉਂਕਿ ਝੋਨੇ ਦੇ ਪਾਣੀ ਦੇ ਵਿੱਚ ਇੰਨਾ ਕੈਮੀਕਲ ਘੁਲਿਆ ਹੋਇਆ, ਉਹਦੇ ਵਿੱਚ ਯੂਰੀਆ, DAP, ਕਿਹੜੀਆਂ ਕਿਹੜੀਆਂ ਸਪਰੇਹਾਂ ਪਾਈਆਂ ਹੋਈਆਂ ਨੇ, ਕਲੋਰੋ ਕੀ ਰਾਊਂਡ ਅੱਪਾਂ ਕੀਤੀਆਂ ਹੋਈਆਂ ਨੇ ਵੱਟਾਂ ਦੇ ਉੱਤੇ, ਉਹ ਸਾਰਾ ਜਦੋਂ ਬਾਰਿਸ਼ ਹੁੰਦੀ ਆ ਉਹ ਸਾਰਾ ਕੈਮੀਕਲ ਪੈਸਟੀਸਾਈਡ ਘੁਲ ਕੇ ਝੋਨੇ ਦੇ ਪਾਣੀ ਵਿੱਚ ਰਲਿਆ ਹੁੰਦਾ। ਉਹ ਝੋਨੇ ਦਾ ਪਾਣੀ ਜਦ ਹੁਣ ਓਵਰਫਲੋ ਹੋਇਆ ਪਿਆ ਕਈ ਏਰੀਆ ਦੇ ਵਿੱਚ, ਉਹ ਲੋਕ ਉਹਨੂੰ ਸੋਸ਼ਲ ਮੀਡੀਆ 'ਤੇ ਲਾ ਲਓ, ਚਾਹੇ ਫੇਮਸ ਹੋਣ ਦੇ ਮਾਰੇ, ਇੱਕ ਸੈਲਫੀ ਲੈਣ ਦੇ ਮਾਰੇ, ਇੱਕ ਟ੍ਰੈਂਡ ਦੇ ਵਿੱਚ ਆਉਣ ਦੇ ਮਾਰੇ, ਉਹ ਪਾਣੀ ਨੂੰ ਰੀਚਾਰਜ ਕਰ ਰਹੇ ਨੇ, ਡਾਇਰੈਕਟ ਰੀਚਾਰਜ ਕਰ ਰਹੇ ਨੇ। ਸਿੱਧਾ ਪਾਣੀ ਯਾਨੀ ਝੋਨੇ ਦੇ ਵਿੱਚੋਂ ਪਾਈਪ ਦੇ ਨਾਲ ਸਿੱਧਾ ਬੋਰਾਂ ਦੇ ਵਿੱਚ ਪਾਣੀ ਪਾ ਰਹੇ ਨੇ। ਉਹ ਪਾਣੀ ਜਦੋਂ ਸਾਡਾ ਸਿੱਧਾ ਬੋਰਾਂ ਦੇ ਵਿੱਚ ਥੱਲੇ ਜਾਊਗਾ, ਜਿਹੜਾ ਸਾਡਾ ਥੱਲੇ ਕੁਦਰਤੀ ਖਜ਼ਾਨਾ ਸਾਡਾ ਪਾਣੀ ਪੀਣ ਵਾਲਾ ਪਾਣੀ ਆ ਪੰਜਾਬ ਦਾ, ਉਹ ਤਾਂ ਉਹ ਦੂਸ਼ਿਤ ਕਰ ਦੂਗਾ। ਜਿਹੜਾ ਦੂਸਰੇ ਤਰੀਕੇ ਨਾਲ ਮੈਨੂੰ ਲੱਗਦਾ ਵੀ 15-20 ਸਾਲ ਤੱਕ ਹਜੇ ਪਾਣੀ ਪੰਜਾਬ ਦਾ ਅਸੀਂ ਪੀ ਸਕਦੇ ਸੀ, ਦੂਸ਼ਿਤ ਹੋਣਾ ਸੀ, ਉਹ ਤਾਂ ਅਸੀਂ ਇਹ ਹਿਸਾਬ ਨਾਲ 5 ਸਾਲ 'ਚ ਦੂਸ਼ਿਤ ਕਰ ਦਾਂਗੇ। ਦਿਨਾਂ ਦੇ ਲੱਖਾਂ ਟਨ ਦੇ ਟਨ ਪਾਣੀ, ਉਹ ਜਿਹੜਾ ਝੋਨੇ ਦਾ ਪਾਣੀ ਆ ਉਹ ਡਾਇਰੈਕਟ ਥੱਲੇ ਜਾ ਰਿਹਾ ਹੈਗਾ, ਹੈ ਨਾ। ਜਿਹੜਾ ਕੁਛ ਬੰਦਿਆਂ ਦੀ ਗਲਤੀਆਂ ਦੇ ਕਾਰਨ, ਉਸ ਅਣਜਾਣ ਬੰਦਿਆਂ ਦੀਆਂ ਗਲਤੀਆਂ ਦੇ ਕਾਰਨ ਮੈਂ ਕਹਿ ਸਕਦਾ ਵੀ ਜਿਹੜੇ ਬੰਦੇ ਨੂੰ ਪਤਾ ਨਹੀਂ ਹੈਗਾ ਇਹ ਚੀਜ਼ ਦਾ, ਹੈ ਨਾ, ਅਤੇ ਉਹ ਪਾਣੀ ਕੱਢਣ ਦੇ ਮਾਰੇ ਆਪਦੇ ਝੋਨੇ ਦਾ ਜਿਹੜਾ ਥੱਲੇ ਵਾਲਾ ਧਰਤੀ ਵਾਲਾ ਪਾਣੀ ਆ ਉਹਨੂੰ ਦੂਸ਼ਿਤ ਕਰ ਰਹੇ ਹੈਗੇ। ਤੁਸੀਂ ਐਂ ਸੋਚ ਕੇ ਦੇਖੋ ਵੀ ਜਿਹੜਾ ਸਾਡਾ ਝੋਨੇ ਦਾ ਪਾਣੀ ਆ, ਕੀ ਅਸੀਂ ਉਹਦੇ ਵਿੱਚ ਕੂੰਜਲ ਭਰ ਕੇ ਪਾਣੀ ਪੀ ਸਕਦੇ ਹਾਂਗੇ? ਨਹੀਂ ਪੀਂਦੇ ਹੈਗੇ। ਸਾਨੂੰ ਪਤਾ ਅਸੀਂ ਮਰ ਜਾਂਗੇ ਜੇ ਅਸੀਂ ਉਹ ਪਾਣੀ ਪੀਵਾਂਗੇ, ਕਿਉਂਕਿ ਉਹਦੇ ਵਿੱਚ ਇੰਨੇ ਜ਼ਹਿਰ ਨੇ, ਇੰਨੇ ਕੈਮੀਕਲ ਸਾਡੇ ਪਾਏ ਹੋਏ ਨੇ, ਪੈਸਟੀਸਾਈਡ ਪਾਏ ਹੋਏ ਨੇ ਸਾਡੇ, ਸਾਡਾ ਟਨਾਂ ਦੇ ਹਿਸਾਬ ਨਾਲ ਅਸੀਂ ਯੂਰੀਆ ਪਾਇਆ ਹੋਇਆ, DAP ਪਾਇਆ ਹੋਇਆ, ਉਹ ਸਾਰੇ ਦਾ ਸਾਰਾ ਪਾਣੀ ਜਦੋਂ ਅਸੀਂ ਡਾਇਰੈਕਟ ਬਿਨਾਂ ਉਹਨੂੰ ਟ੍ਰੀਟਮੈਂਟ ਕੀਤੇ ਅਸੀਂ ਡਾਇਰੈਕਟ ਅਸੀਂ ਝੋਨੇ ਆਪਣੇ ਬੋਰ ਦੇ ਵਿੱਚ ਪਾ ਰਹੇ ਹਾਂਗੇ, ਜਿਹੜਾ ਬੋਰ ਥੱਲਾ ਸਿੱਧਾ ਉਹ ਬੋਰ ਆ ਜਿਹੜਾ ਬੋਰ ਸਿੱਧਾ ਥੱਲੇ ਸਾਡੇ ਕੁਦਰਤੀ ਪਾਣੀ ਦੇ ਨਾਲ ਕੰਟੈਕਟ ਆ, ਸਾਡੇ ਪਾਣੀ ਪੀਣ ਵਾਲੇ ਦੇ ਨਾਲ ਜੁੜਿਆ ਹੋਇਆ, ਹੈ ਨਾ। ਅਸੀਂ ਉੱਤੋਂ ਗੰਦਾ ਪਾਣੀ ਪਾ ਰਹੇ ਹਾਂ ਅਤੇ ਉਹ ਸਾਡੇ ਥੱਲੇ ਵਾਲੇ ਪਾਣੀ ਨੂੰ ਕਿਉਂ ਨਹੀਂ ਗੰਦਾ ਕਰੂਗਾ? ਯਾਰ ਤੁਸੀਂ ਕਿਉਂ ਨਹੀਂ ਇਹ ਗੱਲ ਸਮਝਦੇ ਹੈਗੇ? ਲੋਕੋ, ਸਾਡੇ ਆਉਣ ਵਾਲੇ ਪੰਜਾਬ ਦੀਆਂ ਪੀੜ੍ਹੀਆਂ ਬਚਾ ਲਓ ਹਜੇ ਵੀ। ਕਿਉਂ? ਇੱਕ ਤੁਸੀਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ, ਇੱਕ ਤੁਸੀਂ ਇੱਕ ਟਿੱਕਟੋਕ 'ਤੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਟਨਾਂ ਦਾ ਟਨਾਂ ਪਾਣੀ ਧਰਤੀ ਦਾ ਖਰਾਬ ਕਰ ਰਹੇ ਹੋਵੋਗੇ। ਹੱਥ ਬੰਨ ਕੇ ਬੇਨਤੀ ਆ ਸਾਰੇ ਵੀਰਾਂ ਨੂੰ, ਹਜੇ ਵੀ ਗੱਲ ਨੂੰ ਸਮਝੋ। ਪਾਣੀ ਰੀਚਾਰਜ ਕਰਨ ਦੇ ਹੋਰ ਬਹੁਤ ਤਰੀਕੇ ਨੇ। ਟ੍ਰੀਟਮੈਂਟ ਪਲਾਂਟ ਲੱਗਦੇ ਨੇ, ਸੀਚੇਵਾਲ ਸਾਹਿਬ ਵਾਲੇ ਸੰਤ ਨੇ ਉਹ ਲਾ ਰਹੇ ਨੇ, ਕਿਸ ਤਰੀਕੇ ਨਾਲ ਟ੍ਰੀਟਮੈਂਟ ਪਾਣੀ ਨੂੰ ਰੀਚਾਰਜ ਕਰ ਰਹੇ ਨੇ ਧਰਤੀ ਦੇ ਵਿੱਚ। ਪਾਣੀ ਸਾਫ਼ ਸੁਥਰਾ ਪਾਣੀ, ਪਹਿਲਾਂ ਉਹ ਪਾਣੀ ਨੂੰ ਸਾਫ਼ ਕਰਦੇ ਨੇ, ਕੈਮੀਕਲ ਫ੍ਰੀ ਕਰਦੇ ਨੇ, ਫਿਰ ਪਾਣੀ ਨੂੰ ਧਰਤੀ 'ਚ ਰੀਚਾਰਜ ਕਰਦੇ ਨੇ। ਇਸ ਤਰੀਕੇ ਨਾਲ ਪਾਣੀ ਰੀਚਾਰਜ ਹੋਊਗਾ। ਜੇ ਆਪਾਂ ਸਿੱਧਾ ਡਾਇਰੈਕਟਾਂ ਦੇ ਵਿੱਚ ਬੋਰਾਂ ਦੇ ਵਿੱਚ ਡਾਇਰੈਕਟ ਪਾਣੀ ਪਾਉਣ ਲੱਗੇ ਤਾਂ ਸਾਡੇ ਪੀਣ ਵਾਲਾ ਪਾਣੀ 5-4 ਸਾਲ ਦੇ ਵਿੱਚ ਪੀਣ ਯੋਗਾ ਵੀ ਨਹੀਂ ਰਹਿਣਾ ਹੈਗਾ। ਉਸ ਏਰੀਆ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਖਰਾਬ ਹੋ ਚੁੱਕਿਆ। ਜਿਹੜੇ ਕੁਛ ਏਰੀਏ ਪੰਜਾਬ ਦੇ ਬਚਦੇ ਨੇ ਉਹਨੂੰ ਤੁਸੀਂ ਡਾਇਰੈਕਟ ਜਿਹੜਾ ਝੋਨੇ ਦਾ ਪਾਣੀ ਆ ਖੱਤਿਆਂ ਦੇ ਆਪਣੇ ਬੋਰਾਂ ਦੇ ਵਿੱਚ ਪਾ ਕੇ ਪਾਣੀ ਨੂੰ ਖਰਾਬ ਨਾ ਕਰੋ ਬਈ। ਆਪਦੇ ਆਪ ਕੰਨੀ ਦੇਖੋ, ਆਉਣ ਵਾਲੀਆਂ ਪੀੜ੍ਹੀਆਂ ਆਪਦੇ ਜਵਾਕਾਂ ਕੰਨੀ ਦੇਖੋ ਕਿ ਅਸੀਂ ਜਵਾਕਾਂ ਨੂੰ ਜ਼ਹਿਰਾਂ ਪਿਆਵਾਂਗੇ? ਜ਼ਹਿਰਾਂ ਤਾਂ ਅਸੀਂ ਪਹਿਲਾਂ ਹੀ ਖਵਾ ਰਹੇ। ਅੱਜ ਸਾਡੇ ਖੁਰਾਕ ਦੇ ਵਿੱਚ ਕਿੰਨੀ ਜ਼ਹਿਰ ਆ, ਕਿੰਨੀਆਂ ਬਿਮਾਰੀਆਂ ਵੱਧ ਗਈਆਂ ਪੰਜਾਬ ਦੇ ਵਿੱਚ। ਕਿਉਂ ਨਹੀਂ ਪੰਜਾਬ 'ਚ ਰਹਿਣਾ ਚਾਹੁੰਦਾ ਕੋਈ? ਇਹ ਗੱਲਾਂ ਨੂੰ ਸਮਝ ਲਓ ਯਾਰ ਹਜੇ ਵੀ। ਕਿਉਂ ਅਸੀਂ ਆਪਦੇ ਆਪ ਪੈਰੀਂ ਕਲਹਾੜਾ ਮਾਰ ਰਹੇ ਹਾਂਗੇ? ਅਤੇ ਇਹ ਯਾਰ ਸੁਨੇਹਾ ਇੱਕ ਮੇਰਾ ਜ਼ਰੂਰ ਸ਼ੇਅਰ ਕਰ ਦਿਓ, ਦੱਬ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਇੱਕ ਆਪਾਂ ਆਪਣਾ ਪੰਜਾਬ ਨੂੰ ਬਚਾ ਲਈਏ ਯਾਰ।
ਇਸ ਤਰੀਕੇ ਨਾਲ ਜਿਹੜੇ ਹਿਸਾਬ ਨਾਲ ਅਸੀਂ ਆਪਦੇ ਆਪ ਪੈਰਾਂ 'ਤੇ ਘਲਾੜਾ ਮਾਰ ਲੱਗੇ ਹੋਏ ਹਾਂ, ਸਾਡਾ ਪਾਣੀ ਉਹ ਨਹੀਂ ਬਚਿਆ, ਸਾਡੀ ਖੁਰਾਕ ਪਹਿਲੀ ਖਤਮ ਹੋਈ ਪਈ ਆ, ਹਵਾ ਅਸੀਂ ਪਹਿਲਾਂ ਖਰਾਬ ਕਰਦੇ ਜਾ ਰਹੇ ਹਾਂਗੇ, ਤਾਂ ਫਿਰ ਇੱਥੇ ਰਹਿਣਾ ਕੀ ਨਹੀਂ ਆ ਪੰਜਾਬ ਦੇ ਉੱਤੇ? ਜ਼ਰੂਰ ਸੋਚਿਓ ਅਤੇ ਵੀਡੀਓ ਨੂੰ ਦੱਬ ਦੱਬ ਕੇ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਧੰਨਵਾਦ ਜੀ।